ਵਾਲੇਕੁਮ ਸਲਾਮ। ਹਾਂਜੀ ਮੈਂ ਕਿਚਨ ਸਾਫ ਕਰਦੀ ਹਾਂ, ਇਹਦਾ ਪੁੱਛਾ ਨਹੀਂ ਕਰ ਰਹੇ। ਕਦੇ ਕੰਮ ਨਹੀਂ ਆ ਖਤਮ ਹੁੰਦੇ, ਜਿੰਨਾ ਮਰਜ਼ੀ ਕਰੀ ਜਾਓ, ਬੱਚਿਆਂ ਦੇ ਸਿੱਥੇ ਆ ਅਤੇ ਬੱਚੇ ਕਰਦੇ ਤਾਂ ਅੱਜ ਵੀ ਜੋ ਕੇ ਆ ਗਏ ਆ। ਕਹਿੰਦੇ ਸਾਰੇ ਵੀ ਮੌਜੂਦ ਇੱਧਰ ਸੀਗੀ, ਮੌਜੂਦ ਸਾਡੇ ਘਰ ਨੂੰ ਉੱਧਰ ਕਰ ਲਈ ਆ। ਅੱਜ ਅਸੀਂ ਜਾ ਰਹੇ ਹਾਂ ਬਹੁਤ ਜ਼ਰੂਰੀ ਕੰਮ, ਅਤੇ ਮੇਰੇ ਭੈਣ ਭਰਾ ਮੇਰੀ ਵੀਡੀਓ ਦੇ ਨਾਲ ਜੁੜੇ ਰਹਿਣਾ ਪਲੀਜ਼, ਮੇਰੀ ਵੀਡੀਓ ਪੂਰੀ ਬਾਅਦ 'ਚ ਕਰਨੀ ਹੈ, ਤਾਂ ਕਿ ਮੈਂ ਕਿਹਾ ਚੱਲ ਜਾਂਦੇ ਥੋੜ੍ਹਾ ਜਿਹਾ ਕੰਮ ਘਰ ਦਾ ਲਗਾ ਦਾ, ਸ਼ਾਇਦ ਉੱਥੇ ਪਤਾ ਨਹੀਂ ਕਿੰਨੀ ਦੇਰ ਤੱਕ ਜਾਏ। ਬਿਸਮਿਲ੍ਲਾਹਿਰਰਹਮਾਨਿਰਰਹੀਮ, ਅਸਲਾਮੁ ਅਲੈਕੁਮ। ਕੈਸੇ ਹੀ ਆਪ ਸਾਨੂੰ ਕੀਤਾ ਕਿ ਆਪ ਸਾਫ ਨਹੀਂ ਸੋ, ਮੇਰਾ ਆਪਕੋ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ, ਹਰ ਆਉਣ ਵਾਲੇ ਦੁੱਖ ਤਕਲੀਫ ਤੋਂ ਨਿਜਾਤ ਦੱਸੇ। ਪਹਿਲੀ ਦੁਆ ਨਾਲ ਇਹਦਾ ਵਲੋਗ ਸ਼ੁਰੂ ਕਰਦੇ ਹਾਂ। ਅੱਜ ਦੇ ਵਲੋਗ ਵਿੱਚ ਖੁਸ਼ ਇਸਨਾ ਜੀ, ਅੱਲਾ ਪਾਕ ਜਿੰਨੀ ਮੇਰੀ ਯੂਟਿਊਬ ਖਿਆਲ ਦੇਖਣ ਵਾਲੀ, ਜਿੰਨੇ ਮੇਰੇ ਪਿਆਰਾ ਭਾਈ ਸਾਨੂੰ ਦੇਖਣ ਵਾਲੇ, ਚਾਹਣ ਵਾਲੇ, ਅੱਲਾ ਪਾਕ ਉਹਨਾਂ ਤਾਂ ਵੀ ਉਸ ਸਿਹਤ ਦਾ ਫਰਮਾਏ, ਅਤੇ ਕੱਲ੍ਹ ਦੀ ਵੀਡੀਓ 'ਚ ਔਰ ਪਰਸਨ ਵੀਡੀਓ ਵਿੱਚ ਦੇਖਿਆ ਹੀ ਹੋਏਗਾ ਮੇਰੇ ਭੈਣ ਭਾਈਆਂ ਨੇ, ਅਤੇ ਅੰਮਾ ਜੀ ਆਏ ਸੀਗੇ ਅਤੇ ਉਹਨਾਂ ਦਾ ਕੋਈ ਕੰਮ ਆ ਅਤੇ ਉਹਨਾਂ ਦੇ ਕੰਮ ਜਾ ਰਹੇ ਆ। ਮੇਰੇ ਭੈਣ ਭਰਾ ਨੇ ਸਾਡੇ ਨਾਲ ਜੁੜੇ ਰਹਿਣਾ, ਇਹ ਦੇਖਣਾ ਕਿ ਸੁਣਨ ਵਾਸਤੇ ਕਿਆ ਡਿਊਟੀ ਲੈਣ ਜਾ ਰਹੇ ਹਾਂ। ਤਾਕਿ ਡੱਬੇ ਜਿਹੜੇ ਨੇ ਆਹ ਮਰੀਜ਼ਾਂ ਵਾਸਤੇ ਮੈਂ ਮੰਗਵਾਇਆ, ਪਨੀਰ ਔਰ ਸੌਂਫ ਅਤੇ ਕੁਛ ਹੋਰ ਦੋ ਚਾਰ ਚੀਜ਼ਾਂ ਮਰੀਜ਼ਾਂ ਦੇ ਵਿੱਚ ਬੇਟੀ ਨਹੀਂ ਰਹਿੰਦੀ, ਅਤੇ ਮੈਨੂੰ ਕਿਸੇ ਨੇ ਦੱਸਿਆ ਵਾ ਕਿ ਬੱਚੇ ਨੂੰ ਪਨੀਰ ਵਗੈਰਾ ਦੀਆਂ ਚੀਜ਼ਾਂ ਪਿਲਾਓ, ਤਾਂ ਕਿ ਇਹਦਾ ਇਹ ਹੋ ਗਿਆ ਸੀ ਟਾਈਮ ਟਾਈਮ, ਅਤੇ ਪਤਾ ਕਾਫੀ ਸਾਰੀ ਚੀਜ਼ਾਂ ਛੋਟੀ ਛੋਟੀ ਸਮਝ ਨਹੀਂ ਆ ਰਹੀ, ਉਹ ਸਾਰੇ ਮਿਕਸ ਕਰ ਦਿੰਦੇ ਆ, ਪਾਣੀ ਲਿਆ ਦੋ ਪਿਲਾਓ, ਤਾਂ ਇਹਦਾ ਬੁਖਾਰ ਆ ਵਧੀਆ ਨਿਕਲ ਜਾਏਗਾ। ਅਸੀਂ ਕਿਚਨ ਸਾਫ਼ ਕਰ ਰਹੇ ਜੀ, ਬਰਤਨ ਧੋ ਲਿਆ, ਠੀਕ ਹੈ ਨਾ, ਅਤੇ ਬਸ ਧੁੱਪ ਚੱਲੇ ਨੇ, ਦੋ ਕੁ ਰਹਿ ਗਏ ਸੀ ਧੋਣ ਵਾਲੇ, ਮੈਂ ਕਿਹਾ ਨਾਲ ਨਾਲ ਮੈਂ ਕਿਚਨ ਸਾਫ਼ ਕਰ ਲਵਾਂ, ਨਾਲ ਨਾਲ ਜਿਹੜਾ ਸੀਗਾ ਅਤੇ ਜਾਂਦੇ ਪਾਪਾ ਨੇ ਅਚਾਨਕ ਆ ਕੇ ਛਾਪਾ ਮਾਰਿਆ ਵਾ, ਕਹਿੰਦੇ ਤਾਂ ਪਾਪਾ ਨਹੀਂ ਸੀਗਾ ਕਿ ਵੀਡੀਓ ਬਣਾ ਰਹੇ ਨੇ, ਕੈਮਰਾ ਚੱਕ ਕੇ ਆ ਗਏ, ਕੋਈ ਮੁੰਬਰ ਕੱਲ੍ਹ ਨਹੀਂ ਜਾਣ ਦਿੰਦੇ ਨਾ। ਮੈਂ ਕਿਹਾ ਜੀ ਤੁਸੀਂ ਤਿਆਰੀ ਸ਼ਿਆਰੀ ਉਵੇਂ ਕੀਤੀ ਹੋਈ ਹੈ, ਚਲੋ ਨਾਲ ਨਾਲ ਪਾਪਾ ਨੇ ਬਣਾ ਵੀ ਤਿਆਰੀ ਕੀਤੀ ਹੋਈ, ਨਾ ਵੀ ਤਿਆਰੀ ਕੀਤੀ ਹੋਈ, ਕਿਹੜੀ ਤੁਸੀਂ ਜਿਹੜਾ ਹੋਟਲ ਜਾ ਰਹੀ ਹੈ, ਮੈਂ ਤਾਂ ਕੀ ਸੋਚਿਆ ਮੈਂ ਕਿ ਚਲੋ ਜਾਂਦੇ ਜਾਂਦੇ ਥੋੜ੍ਹਾ ਜਿਹਾ ਦੋ ਵੀਡੀਓ ਬਣਾ ਲਈ ਨਾ, ਜਾਂਦੇ ਮੈਂ ਕਿਚਨ ਸਾਫ਼ ਕਰ ਲਵਾਂ। ਠੀਕ ਹੋ ਗਿਆ, ਮਾਸ਼ਾਅੱਲਾ ਬਿਆਨ ਸਾਹਿਬ ਨੇ ਕਿਚਨ ਦੀ ਸੈਟਿੰਗ ਤਬਦੀਲ ਕੀਤੀ, ਔਰ ਕਿਚਨ ਖੁੱਲਾ ਖੁੱਲਾ ਵੀ ਲੱਗਦਾ ਪਿਆ, ਬਹੁਤ ਹੀ ਪਿਆਰ ਲੱਗਦਾ ਪਿਆ, ਨੁਕਸਾਨ ਵੀ ਹੋ ਗਿਆ ਇਹ ਵਾਲਾ ਜਿਹੜਾ ਵਾ ਤਿਆਰੀ ਮੈਂ ਤੇ ਬੇਗਮ ਸਾਹਿਬ ਨੇ ਕਰ ਲਈ ਹੈ ਜੀ, ਤੇ ਹੁਣ ਜਾਣ ਲੱਗੇ ਜੀ। ਹਾਂਜੀ ਆ ਜਾਓ ਜੀ, ਜ਼ਿੰਮੇਵਾਰੀ ਅਸੀਂ ਉਹ ਪੂਰੀ ਕਰੀਏ, ਅੱਲਾ ਤਾਲਾ ਵੀ ਇਹ ਵੀ ਕਿਸੇ ਕਿਸੇ ਨੂੰ ਮੌਕਾ ਦਿੰਦਾ, ਹਰ ਇੱਕ ਮੌਕਾ ਵੀ ਜਾਂਦਾ, ਸਹੀ ਸਾਨੂੰ ਮੌਕਾ ਮਿਲਿਆ ਵਾ ਕਿਸਮਤ ਨਾਲ, ਤੇ ਅਸੀਂ ਚੱਲਦੇ ਹਾਂ ਜਾਂ ਸਾਡੇ ਮਤਲਬ ਫਰਜ਼ ਆ ਸਾਡੇ ਉੱਤੇ ਉਸ ਪੂਰਾ ਕਰਦੇ ਹਾਂ। ਲਓ ਜੀ ਮੋਟਰਸਾਈਕਲ ਤੇ ਮੈਂ ਬੈਠ ਗਿਆ ਜੀ, ਬੰਦ ਕਰ ਲੈ ਮੇਰੇ ਬੇਟਾ, ਚਲੋ ਜਾਓ, ਤੇ ਹੁਣ ਅਸੀਂ ਚੱਲਦੇ ਹਾਂ। ਮਾਸ਼ਾਅੱਲਾ ਜੀ ਆਪਦਾ ਭੈਣ ਕੋਲ ਪਹੁੰਚ ਗਏ ਅਸੀਂ, ਤੇ ਲੱਗੀ ਹੋਈ ਕੱਪੜੇ ਸਿਲਾਈ ਕਰਨ, ਤੇ ਡਿਜ਼ਾਈਨ ਬਣਾ ਰਹੀ ਆ ਜੀ, ਪਹਿਲੇ ਵੀ ਡਿਜ਼ਾਈਨ ਬਣਿਆ, ਆਹ ਵਾਲੀ ਕਮੀਜ਼ ਦਿਖਾਈ, ਐਤ ਫਾਤਮਾ ਦੀ ਸੀਤੀ ਇਹਨਾਂ ਨੇ, ਤੇ ਬਹੁਤ ਪਿਆਰੀ ਕਰਕੇ ਸੀਤੀ ਇਹਨਾਂ ਨੇ, ਬੜੀ ਅੱਛੀ ਕਰਕੇ ਸੀਤੀ ਹੋਈ ਮਾਸ਼ਾਅੱਲਾ। ਇਹ ਦੇਖੋ ਜੀ ਬਹੁਤ ਪਿਆਰੀ ਕਰਕੇ ਸੀਤੀ ਹੋਈ ਹੈ। ਅੱਛਾ ਜੀ, ਅਤੇ ਇਹ ਵਾਲਾ ਜਿਹੜਾ ਇਹ ਵਾਲਾ ਵਾ ਇਹ ਰਿਦਾ ਫਾਤਮਾ ਦਾ ਸੀ ਰਹੇ ਨੇ, ਅਤੇ ਵਿੱਚ ਥੋੜ੍ਹਾ ਕੱਪੜਾ ਬਚਿਆ ਜਿਹੜਾ ਉਹ ਆਇਤ ਫਾਤਮਾ ਦਾ, ਦੋਨਾਂ ਭੈਣਾਂ ਦਾ ਬਣਾ ਰਹੇ ਨੇ।
ਤੇ ਬਹੁਤ ਅੱਛਾ ਬਣ ਗਿਆ। ਇਹ ਕਿਹਦਾ ਬਣਾ ਰਹੀ ਹੈ, ਐਤ ਦਾ ਵਾ ਅਮਿਤਾ ਦਾ? ਹੈਂ, ਅੱਛਾ ਐਤ ਫਾਤਮਾ ਦੀ ਫਰਾਕ ਸੀ, ਠੀਕ ਹੈ। ਇਹ ਐਤ ਫਾਤਮਾ ਦੀ ਫਰਾਕ ਬਣਵਾਈ ਹੈ ਅਤੇ ਅਸੀਂ ਜਾ ਰਹੇ ਸੀਗੇ, ਅਸੀਂ ਕਿਹਾ ਚਲੋ ਜਾਂਦੇ ਜਾਂਦੇ ਦੇਖ ਲਈਏ ਅੱਗੇ ਕੀ ਕਰਦੇ ਨੇ। ਹੁਣ ਮਸ਼ੀਨ ਚਲਾਏਗੇ, ਸਾਨੂੰ ਥੋੜ੍ਹਾ ਖੜਕਾ ਛੜਕਾ ਸੁਣਾਏਗੀ ਮਸ਼ੀਨ ਦਾ ਕਿ ਨਹੀਂ? ਅਸੀਂ ਕਿਹਾ ਜਰਾ ਖੜਕਾ ਛੜਕਾ ਮਸ਼ੀਨ ਦਾ ਦੇਖ ਜਾਈਏ, ਸੁਣ ਜਾਈਏ ਨਾ ਕਿਹੜੇ ਧੜੇ ਧੜਾਕੇ ਕਰ ਰਹੇ ਨੇ। ਅਤੇ ਤਾਰਾ ਬੈਠੀ ਮਹਿੰਦੀ ਲਗਾ ਰਹੀ ਆ, ਇਹਨੂੰ ਮਹਿੰਦੀ ਲਗਾ ਰਹੀ ਆ, ਇਹਨਾਂ ਦੇ ਖਾਂਦੀ ਆ ਫਾਤਮਾ ਦੇ ਹੱਥ 'ਤੇ। ਦੇਖੋ ਜੀ ਮਾਸ਼ਾ ਅੱਲਾਹ, ਇਹ ਦੇਖੋ ਇਹਨਾਂ ਦੀ ਮਾਮੀ ਆਈ ਹੋਈ ਆ, ਵਾਹਵਾ ਇਹਨਾਂ ਦੇ ਮੋਜਾਂ ਲੱਗੀਆਂ ਹੋਈਆਂ। ਦਰਾਈ ਫਾਤਮਾ ਮੇਰੀ ਬਿਲਕੁਲ ਰੈਡੀ ਹੋ ਚੁੱਕੀ ਹੈ। ਅਰੇ ਵਾਹ, ਨਹਾ ਧੋ ਕੇ ਬਰੀ ਬਣੀ ਬੈਠੀ ਹੈ। ਲੀਜ਼ਾ ਆਪਣਾ ਹੱਥ ਦਿਖਾਓ। ਅਲੀਜ਼ਾ ਨੇ ਆਪਣੇ ਹੱਥ 'ਤੇ ਖੁਦ ਮਹਿੰਦੀ ਲਗਾਈ ਆ। ਮੈਂ ਕਿਹਾ ਬੱਚੇ ਲਗਾਇਆ ਕਰੋ ਤਾਂ ਕਿ ਤੁਹਾਨੂੰ ਜਾਂਚ ਆਵੇ ਮਹਿੰਦੀ ਲਗਾਉਣ ਦੀ। ਨਾ ਲੈਸ ਲੱਗ ਰਹੀ ਆ, ਲੈਸ ਲਗਾਉਣੀ ਲਗਾ ਕੇ ਫਿਰ ਇੰਤਿਆਰ ਜੀ ਜਾ ਰਹੇ ਸੀ ਕੰਮ, ਟਾਈਮ ਹੋ ਗਿਆ ਸੀ ਦੁਪਹਿਰ ਦਾ। ਫਿਰ ਮੈਂ ਬੇਗਮ ਸਾਹਿਬ ਨੇ ਕਿਹਾ, ਮੈਂ ਕਿਹਾ ਚਲੋ ਥੋੜ੍ਹੀ ਜਿਹੀ ਪੇਟ ਪੂਜਾ ਕਰ ਲਈਏ। ਅਤੇ ਸਾਡੇ ਕੋਲ ਇੱਥੇ ਨਜ਼ਦੀਕ ਇੱਕ ਫਿਰ ਦੁਕਾਨ ਖੁੱਲ੍ਹੀ ਸੀ, ਵਿੱਚ ਚਾਹ ਸ਼ਾਹ ਵੀ ਹੁੰਦੀ ਹੈ ਅਤੇ ਬਾਕੀ ਸਿਸਟਮ ਵੀ। ਮੈਂ ਕਿਹਾ ਚਲੋ, ਹਾਂ ਨਵਾਂ ਬਣਿਆ, ਮੈਂ ਕਿਹਾ ਚਲੋ ਅਸੀਂ ਉਹ ਵੀ ਆਪਣੇ ਭੈਣ ਭੈਣ ਨੂੰ ਵਿਜਿਟ ਕਰਾ ਦਈਏ ਅਤੇ ਚਾਹ ਨਾਲ ਦਾ ਆਰਡਰ ਅਸੀਂ ਦੇਤਾ ਚਾਵਲ ਜਿਵੇਂ ਆਉਂਦੇ, ਉਹ ਵੀ ਅਸੀਂ ਆਪਣੇ ਭੈਣ ਭੈਣ ਨੂੰ ਸ਼ੇਅਰ ਕਰਦੇ ਹਾਂ, ਜਿਹੜਾ ਹੋਟਲ ਵਿਜਿਟ ਕਰ ਲਓ। ਹਾਂਜੀ, ਵਾਲ ਪੇਪਰ ਮਾਸ਼ਾ ਅੱਲਾਹ ਬਹੁਤ ਪਿਆਰੇ ਬਣੇ ਹੋਏ, ਠੀਕ ਹੈ। ਉਹ ਵੀ ਅਸੀਂ ਆਪਣੇ ਭੈਣ ਭੈਣ ਨਾਲ ਸ਼ੇਅਰ ਕਰ ਮਸਜਿਦ ਵਾਸਤੇ। ਭਾਈ ਆ ਗਏ ਦੇਖ ਜੀ, ਮਾਸ਼ਾ ਅੱਲਾਹ ਚਨਾ ਚਾਵਲ, ਸੋਰੀ ਚਨਾ ਚਾਵਲ, ਮਾਸ਼ਾ ਅੱਲਾਹ ਮਾਸ਼ਾ ਅੱਲਾਹ। ਚਲੋ ਜੀ, ਚਲੋ ਹਲਕੇ ਭਲੇ ਤੁਸੀਂ ਚੈੱਕ ਕਰ ਲਓ, ਬਾਕੀ ਫਿਰ ਮੈਂ ਖਾ ਲੈਣਾ। ਚਲੋ ਕੋਈ ਨਾ, ਹੁਣ ਤਾਂ ਫਿਰ ਆ ਗਏ। ਚਲੋ ਕੋਈ ਨਾ, ਮੋਟਰਸਾਈਕਲ ਹੋ ਗਿਆ, ਪੈਟਰੋਲ ਖਤਮ ਹੋ ਜਾਂਦੇ, ਪਾਪਾ ਜਾ ਰਹੇ ਪੈਟਰੋਲ ਪਾਉਣ ਵਾਸਤੇ। ਮੈਂ ਕਿਹਾ ਉਹਨਾਂ ਅੱਗੇ ਜਾ ਕੇ ਸੀਲ ਹੋਈ ਹੈ, ਚਲੋ ਇੱਥੇ ਪਵਾ ਲੈਂਦੇ ਹਾਂ। ਕਾਫੀ ਮਤਲਬ ਉੱਥੇ ਰਾਸ਼ਾ ਗੱਡੀਆਂ ਦਾ ਆਉਣਾ ਜਾਣਾ ਲੋਕਾਂ ਦਾ ਲੱਗਿਆ ਹੋਇਆ। ਸ਼ਹਿਰ 'ਤੇ ਬੈਠ ਗਈ ਹਾਂ, ਮੈਂ ਕਿਹਾ ਮੈਂ ਬੈਠ ਜਾਂਗੀ ਕੁਛ ਪੈਟਰੋਲ ਪਾਉਣ ਦਾ। ਜ਼ਿੰਮੇਦਾਰੀ ਤਾਂ ਜ਼ਿੰਮੇਦਾਰੀ ਹੁੰਦੀ ਹੈ ਨਾ।
ਇਹ ਸਾਹਮਣੇ ਜੀ ਸਟੇਟ ਬੈਂਕ, ਪਾਕਿਸਤਾਨ ਦਾ ਸਭ ਤੋਂ ਵੱਡਾ ਸਟੇਟ ਬੈਂਕ। ਇੱਥੋਂ ਅੱਗੇ ਫਲਾਈਓਵਰ ਆਏਗਾ, ਫਲਾਈਓਵਰ ਪੁੱਲ ਮੌਜ ਦਰਿਆ। ਇੱਥੇ ਪਹਿਲੇ ਦਰਿਆ ਹੁੰਦਾ ਸੀ, ਹਾਂ ਇੱਥੇ ਦਰਿਆ ਹੁੰਦਾ ਸੀ ਪੁੱਲ ਮੌਜ, ਇਹਨੂੰ ਪੁੱਲ ਦਾ ਨਾਂ ਹੈ ਪੁੱਲ ਮੌਜ। ਫਿਰ ਇਸ ਵਾਸਤੇ ਖਤਮ ਹੋਣ ਤੋਂ ਬਾਅਦ ਫਿਰ ਜਿਹੜਾ ਇਸ ਸਾਈਡ ਦੇ ਆਲ ਖਿਦਮਤ ਹੈ ਡਾਇਗਨੋਸਟਿਕ ਸੈਂਟਰ, ਇਹ ਵੀ ਕਾਫੀ ਅੱਛਾ ਫਾਇਦਾ ਹੈ। ਬਾਈ ਇਹ ਜੀ ਫਲਾਈਓਵਰ ਆ ਗਿਆ ਕਲਮਾ ਚੌਕ ਵੀ ਇਹਨੂੰ ਕਹਿੰਦੇ ਹਨ, ਫਲਾਈਓਵਰ ਇੱਥੋਂ ਅਸੀਂ ਜਾ ਰਹੇ ਹਾਂ ਇਸ ਕਰੋ। ਹਾਂਜੀ ਨਹੀਂ ਥੱਲੇ ਜਿਹੜਾ ਰੋਡ ਹੈ ਉਹ ਨਿਸ਼ਚਿਤ ਰੋਡ 'ਤੇ ਨਹੀਂ ਜਾਏਗਾ, ਉਹ ਮੇਰਾ ਕਿ ਹਾਈ ਕੋਰਟ ਵਾਲੇ ਸਾਰੇ ਚਲਾ ਜਾਣਾ ਉਹਨੇ ਫਲਾਈਓਵਰ ਜਿੱਥੇ ਨਿਸ਼ਚਿਤ ਵਾਸਤੇ ਨਾ ਉਹਨਾਂ ਨੂੰ। ਇਹ ਹੈ ਜੀ ਸਭ ਤੋਂ ਵੱਡਾ ਹੋਟਲ, ਠੀਕ ਹੈ ਅੱਗੇ ਇਹ ਜੀ ਫਲਾਈਓਵਰ। ਹਾਂਜੀ ਇਹ ਆ ਗਿਆ ਜੀ ਸਾਰਾ ਨਿਸ਼ਚਿਤ ਰੋਡ, ਆਪਦਾ ਭੈਣ ਦੇ ਘਰ ਅਸੀਂ ਪਹੁੰਚ ਚੁੱਕੇ ਹਾਂ ਅਤੇ ਬੱਚਿਆਂ ਦਾ ਸ਼ੋਰ ਕਾਫੀ ਜ਼ਿਆਦਾ ਵਾ। ਸਾਲਨ ਕੀ ਪਕਾਇਆ ਮੇਰੀ ਭੈਣ ਆਪਦਾ ਨੇ, ਬਣਾਇਆ ਇਹਨਾਂ ਨੇ ਜੀ ਟਿੰਡੇ ਔਰ ਗੋਸ਼ਤ, ਲੇਕਿਨ ਮੈਂ ਨਹੀਂ ਖਾਣਾ ਕਿ ਗੋਸ਼ਤ ਕਿਹੜਾ ਵਾ, ਇਹ ਬੜਾ ਗੋਸ਼ਤ ਵਾ, ਠੀਕ ਹੈ ਨਾ, ਅਤੇ ਮੈਂ ਨਹੀਂ ਖਾਣਾ। ਦੇਖੋ ਫਿਰ ਮੈਂ ਕੀ ਖਾਂਦੀ ਹਾਂ, ਕਾਹਦੇ ਨੇ ਰੋਟੀ ਦਿੰਦੀ ਬਾਜੀ ਆਪਦਾ, ਅਤੇ ਇੱਧਰ ਬਾਜੀ ਆਪਦਾ ਕਰ ਰਹੀ ਹੈ ਜੀ ਦੁੱਧ ਗਰਮ, ਅਸੀਂ ਸਾਰਾ ਆਪਣਾ ਕੰਮ ਕੰਪਲੀਟ ਕਰਾ ਕੇ ਇੱਧਰ ਬਾਜੀ ਆਪਦਾ ਖੜੀ ਹੈ, ਇੱਧਰ ਖਾਣਾ ਖਾ ਹੋ ਰਿਹਾ ਵਾ, ਠੀਕ ਹੈ ਨਾ, ਅਤੇ ਸਾਰਾ ਕੰਮ ਕੰਪਲੀਟ ਕਰਾ ਕੇ ਅਤੇ ਫਿਰ ਅਸੀਂ ਮਾਸ਼ਾਅੱਲਾ ਘਰ ਪਹੁੰਚ ਗਏ ਹਾਂ। ਸਾਨੂੰ ਦੇਰ ਤਾਂ ਨਹੀਂ ਹੋਈ ਕਿ ਦੇਰ ਹੋ ਗਈ? ਨਹੀਂ ਦੇਰ ਤਾਂ ਸਾਨੂੰ ਹੋ ਗਈ ਹੈ, ਸਾਰੀ ਗੱਲ ਆਉਂਦੇ ਆਉਂਦਾ ਸਾਨੂੰ ਬਹੁਤ ਟਾਈਮ ਹੋ ਗਿਆ। ਅਸੀਂ ਤਿੰਨ ਦੁਕਾਨਾਂ ਫਿਰੇ, ਠੀਕ ਹੈ ਨਾ, ਜਿੱਥੇ ਜਾਈਏ ਰੇਟ ਜ਼ਿਆਦਾ, ਜਿੱਥੇ ਜਾਈਏ ਰੇਟ ਜ਼ਿਆਦਾ, ਹਾਂ ਲੈ ਕੇ ਆ ਗਏ। ਫਿਰ ਇੱਕ ਦਾਲਾ ਭਲਾ ਕਰੇ, ਫਿਰ ਮੈਂ ਉਹਨੂੰ ਦੱਸਿਆ, ਥੋੜ੍ਹਾ ਮਸਲਾ ਵੀ ਦੱਸਿਆ, ਥੋੜ੍ਹੀ ਜਿਹੀ ਬਹਿਸ ਵੀ ਕੀਤੀ, ਅਤੇ ਨਹੀਂ ਗਏ ਨਹੀਂ ਦੇਣ, ਸੁਬਹਾ ਦੇਣ ਜਾਵਾਂਗੇ, ਥੋੜ੍ਹੀ ਬਹਿਸ ਵੀ ਕੀਤੀ, ਥੋੜ੍ਹਾ ਮਸਲਾ ਵੀ ਦੱਸਿਆ ਉਹਨਾਂ ਨੂੰ, ਅਤੇ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਸਾਨੂੰ ਬਹੁਤ ਮੁਨਾਸਬ ਰੇਟ ਵਿੱਚ ਮਾਸ਼ਾਅੱਲਾ ਦੇ ਦਿੱਤੀ ਨਾ, ਅਤੇ ਲੇਕਿਨ ਤੀਸਰੀ ਦੁਕਾਨ 'ਤੇ ਜਾ ਕੇ ਸਾਨੂੰ ਮੁਨਾਸਬ ਰੇਟ 'ਚ ਮਿਲੀ। ਅਸੀਂ ਇੱਕ ਦੁਕਾਨ 'ਤੇ ਗਏ ਨਾ, ਰੇਟ ਮਿਲਣ ਲੱਗ ਗਿਆ ਜਿਵੇਂ ਸ਼ਾਇਦ ਜ਼ਿਆਦਾ ਵਾ, ਅਤੇ ਦੂਸਰੀ ਦੁਕਾਨ 'ਤੇ ਗਏ ਲੱਗਿਆ ਜਿਵੇਂ ਰੇਟ ਜ਼ਿਆਦਾ ਵਾ, ਫਿਰ ਤੀਸਰੀ ਦੁਕਾਨ 'ਤੇ ਅਸੀਂ ਗਏ ਨਾ। ਹਾਂਜੀ ਬਾਜੀ ਤਾਰਾ, ਕਿਆ ਹਾਲ ਚਾਲ ਹੈ? ਵਾਲੇਕੁਮ ਸਲਾਮ, ਤੂੰ ਵੈਸੇ ਠੀਕ ਹੈ? ਕੀ ਹੋ ਰਿਹਾ, ਕੀ ਕਰਨ ਦੇ ਆ, ਖਾਣਾ ਖਾ ਲਿਆ? ਚਲੋ ਮਾਸ਼ਾਅੱਲਾ ਮਾਸ਼ਾਅੱਲਾ, ਅੱਛਾ ਸਹੀ ਜੀ। ਚਲੋ ਇੱਕ ਤੋਂ ਲੈ ਕੇ ਆਏ ਚੀਜ਼, ਅਤੇ ਦਿਖਾਉਂਦੇ ਹਾਂ ਤੁਹਾਨੂੰ, ਤੋ ਵੀ ਦੇਖੋ ਅਸੀਂ ਕਿਹੜੀ ਚੀਜ਼ ਲੈ ਕੇ ਆਏ। ਇੱਕ ਤਾਂ ਅਸੀਂ ਵੀਲ ਚੇਅਰ ਲੈ ਕੇ ਆਏ ਨਾ, ਇੱਕ ਅਸੀਂ ਹੋਰ ਚੀਜ਼ ਲੈ ਕੇ ਆਏ, ਉਹ ਵੀ ਦਿਖਾਉਂਦੇ ਹਾਂ। ਅਸੀਂ ਮਾਸ਼ਾਅੱਲਾ ਘਰ ਪਹੁੰਚ ਗਏ, ਜਾਂਦੇ ਸੀ ਅਸੀਂ ਬਾਜ਼ਾਰ, ਬਾਜ਼ਾਰ 'ਚੋਂ ਹੋ ਕੇ ਅਸੀਂ ਈਦ 'ਤੇ ਲਿਆਉਂਦੀ ਸੀ ਰੀਜ਼ਾ ਫਾਤਮਾ ਜੁੱਤੀ ਅਤੇ ਰੀਜ਼ਾ ਫਾਤਮਾ ਜੁੱਤੀ, ਦੋਨੋਂ ਟੁੱਟ ਗਈਆਂ ਸੀ, ਅਤੇ ਉਹ ਰਿਪੇਅਰ ਕਰਨ ਵਾਸਤੇ ਦਿੱਤੀਆਂ ਸੀ, ਖੈਰ ਉਹਨਾਂ ਨੂੰ ਅੱਲਾਹ ਤਾਲਾ ਜਜ਼ਾ ਦੇਵੇ, ਅਤੇ ਉਹ ਬੰਦਾ ਹੁਣ ਜਾਨੀ ਕਿ ਉਮਰੇ ਤੋਂ ਆਇਆ ਵਾ, ਅਤੇ ਬਹੁਤ ਬੜੀ ਉਹਨਾਂ ਦੀ ਦੁਕਾਨ ਹੈ, ਪਹਿਲੇ ਦੋ ਸੀ ਦੁਕਾਨਾਂ ਉੱਪਰ ਨੀਚੇ, ਉਹਨਾਂ ਨੇ ਖਾਲੀ ਸ਼ੂਜ਼ਾਂ ਵਾਲੀ ਇੱਕ ਦੁਕਾਨ ਨੀਚੇ ਆ, ਅਤੇ ਉੱਪਰ ਉਹਨਾਂ ਨੇ ਕੱਪੜੇ ਦੁਕਾਨ ਬਣਾਈ ਹੈ, ਅਤੇ ਉਹਨਾਂ ਨੇ ਮਤਲਬ ਵਾਪਸੀ ਵੀ ਕਰ ਲੈਂਦੇ, ਚੇਂਜ ਵੀ ਕਰ ਲੈਂਦੇ, ਉਹਨਾਂ ਨੇ 200 ਰੁਪਈਆ ਵਿੱਚੋਂ ਕਟੌਤੀ ਕਰਕੇ ਪੁਰਾਣੀਆਂ ਜੁੱਤੀਆਂ ਤੋਂ ਸਾਨੂੰ ਉਹਨਾਂ ਨੇ ਬਿਲਕੁਲ ਨਿਊ ਜੁੱਤੀ ਦੇ ਦਿੱਤੀ ਨਾ, ਉਹਨਾਂ ਕਿਹਾ ਬਾਜੀ ਤੁਸੀਂ ਨਵੀਂ ਜੁੱਤੀ ਪਸੰਦ ਕਰ ਲਓ, ਤੁਸੀਂ ਇਹ ਲੈ ਜਾਓ।
ਤੇ ਆਹ ਵਾਲੇ ਮੈਂ ਲੈ ਕੇ ਜੀ ਸੈਂਡਲ ਲੈ ਕੇ ਦੇ ਮੈਂ ਫਾਤਮਾ ਬੇਟੀ ਵਾਸਤੇ ਤੇ ਦੇਖੋ ਨਿਦਾ ਨੂੰ ਆਉਂਦੇ ਆ ਤੇ ਦੇਖੋ ਪਤਾ ਨਹੀਂ ਸ਼ਾਇਦ ਫਿਰ ਨਿਦਾ ਨੂੰ ਆਉਂਦੇ ਆ ਜਾਂ ਨੀਜ਼ਾ ਨੂੰ ਆਉਂਦੇ ਆ ਜਿਹੜੀ ਮੇਰੀ ਬੇਟੀ ਨੂੰ ਆਏ ਤੇ ਉਹ ਵੀ ਪਾ ਲਾਂਗੇ ਇਹਨਾਂ ਨੇ ਉਹ ਦੋ ਦਿੱਤੀਆਂ ਨੇ ਦੇਖ ਵਿੱਚ ਬਲੈਕ ਕਲਰ ਚ ਨੀ ਸੀ ਬਲੈਕ ਕਲਰ ਸੀ ਬਲੈਕ ਨੀ ਸੀਗੀ ਫਿਰ ਇਹ ਵਾਈਟ ਵਿੱਚ ਲੈ ਕੇ ਆਏ ਅੱਛੀ ਨੂਰ ਫਾਤਮਾ ਜੁੱਤੀ ਚੋਰੀ ਹੋਈ ਜਦੋਂ ਜਾਂਦੇ ਸੀ ਬੱਸ ਬੇਟੇ ਰੁਕ ਦੇਣ ਵਾਸਤੇ ਤੇ ਲੋਕਾਂ ਦੇ ਬੱਚੇ ਖੜੇ ਹੁੰਦੇ ਸੀਗੇ ਉਹ ਜੁੱਤੀਆਂ ਚੱਕਦੇ ਸੀ ਚੱਕ ਭੱਜ ਜਾਂਦੇ ਸੀ ਪਤਾ ਨੀ ਲੋਕਾਂ ਨੇ ਮਾਮਾ ਨੇ ਕਿਹਾ ਬੱਚਿਆਂ ਨੂੰ ਸਿਖਾਇਆ ਵਾ ਕੈਸੀ ਤਰਬੀਅਤ ਦਾ ਅਰੀਦਾ ਕੀ ਵੀ ਹੋਈ ਸੀ ਅਰੀਦਾ ਫਾਤਮਾ ਦੀ ਵੀ ਹੋਈ ਹੁਣ ਇਸੇ ਤਰ੍ਹਾਂ ਜਾਂਦੇ ਪਾਪਾ ਦੀ ਜੁੱਤੀ ਆ ਗਈ ਆ ਇਸੇ ਤਰ੍ਹਾਂ ਹੁਣ ਜਿਵੇਂ ਜਿਵੇਂ ਹਿਸਾਬ ਲੱਗੇਗਾ ਤੇ ਨੰਬਰ ਵਾਰ ਜਾਣੀ ਕਿ ਜਾ ਕੇ ਤੇ ਸਾਰੇ ਬੱਚਿਆਂ ਨੂੰ ਮੈਂ ਜੁੱਤੀਆਂ ਲੈ ਕੇ ਦੇਵਾਂਗੀ ਮੇਰੇ ਜ਼ੁਲਕਰਨੈਨ ਦੀ ਨਹੀਂ ਹੈਗੀ ਤੇ ਅਯਾਮ ਦੀ ਜ਼ੁਲਕਰਨੈਨ ਅਯਾਮ ਦੀ ਹੈਗੀ ਉਹ ਪੁਰਾਣੀ ਆ ਤੇ ਨੂਰ ਫਾਤਮਾ ਦੀ ਅਰੀਦਾ ਫਾਤਮਾ ਦੀ ਇਹਨਾਂ ਸਾਰਿਆਂ ਦੀ ਮੈਂ ਨੰਬਰ ਵਾਰ ਲੈ ਕੇ ਦੇਵਾਂਗੀ ਤੇ ਅਸੀਂ ਬਣਾ ਲਾਂਗੇ ਹਾਂਜੀ ਅੱਛਾ ਤੇ ਆਪਦਾ ਭੈਣ ਕਹਿੰਦੀ ਆ ਕਿ ਅਯਾਮ ਦੀ ਵੀ ਨਹੀਂ ਹੈਗੀ ਠੀਕ ਹੈ ਨਾ ਜਿਹੜੇ ਚੱਕ ਲਏ ਅੱਲਾ ਤਾਲਾ ਉਹਨਾਂ ਵਿੱਚ ਜਾ ਦੇਵੇ ਤੇ ਸਾਨੂੰ ਅੱਲਾ ਤਾਲਾ ਦੇ ਦੇਗਾ ਹੋਰ ਦੇ ਦੇਗਾ ਕੋਈ ਮਸਲਾ ਨਹੀਂ ਇਹ ਇੱਕ ਤੇ ਆ ਗਈ ਆ ਜਾਂਦੇ ਪਾਪਾ ਦੀ ਆ ਗਈ ਆ ਇਹਨਾਂ ਬੱਚਿਆਂ ਦੀ ਇਸੇ ਤਰ੍ਹਾਂ ਦੀ ਨੰਬਰ ਦਾ ਹਿਸਾਬ ਲੱਗਿਆ ਤੇ ਫਿਰ ਇਹਨਾਂ ਦੀ ਇੱਕ ਇੱਕ ਜਿਵੇਂ ਜਿਵੇਂ ਚੱਕਰ ਲੱਗੇ ਇਹਨਾਂ ਦੀ ਲੈ ਕੇ ਆਵਾਂਗੇ ਤੇ ਆਪਣੇ ਭੈਣ ਭਰਾਵਾਂ ਕੋਲ ਜਲਦ ਚਾਹਾਂਗੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਅਗਰ ਮੇਰੇ ਭੈਣ ਮੇਰਾ ਵਲੋਗ ਅੱਛਾ ਲੱਗੇ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਉਸ ਸਮਾਂ ਵਾਸਤੇ ਬਹੁਤ ਸਾਰੀਆਂ ਦੁਆਵਾਂ ਕਰਨਾ ਅੱਲਾ ਤਾਲਾ ਉਹਦਾ ਕੋਈ ਅੱਛਾ ਵਸੀਲਾ ਬਣਾਵੇ ਉਹਦੀ ਬੇਟੀ ਦੀ ਪੋਤੇ ਨਿਵਾਸੀ ਦੀ ਸ਼ਾਦੀ ਵੀ ਹੋ ਜਾਏ ਤੇ ਜਿਹੜਾ ਅਸੀਂ ਉਹਦੇ ਨਿਵਾਸੇ ਵਾਸਤੇ ਤੋਹਫਾ ਲੈ ਕੇ ਆਏ ਹਾਂ ਉਹ ਇਨਸ਼ਾਅੱਲਾ ਅਸੀਂ ਕੱਲ੍ਹ ਦੀ ਵੀਡੀਓ ਵਿੱਚ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ ਨਾਲ ਦੇਖ ਆਵਾਂਗੇ ਤੇ ਨਾਲੇ ਸ਼ੇਅਰ ਕਰਾਂਗੇ ਇਨਸ਼ਾਅੱਲਾ ਅੱਲਾ ਸੋਹਣੇ ਦੇ ਵਾਲੇ ਜੀ ਅੱਲਾ ਹਾਫਿਜ਼।